भजन बंदगी के साथ खुद को इतना शक्तिशाली बनाओ कि चाहे सुख हो या दुख हो हमारा मन न भटके पूरा वीडियो का लिंक आपको नीचे डिस्क्रिप्शन में दिया है देखिए राधा स्वामी बाबा जी बाबा जी, जी मेरा ये क्वेश्चन ठीक है जब मैं भजन सिमरन पे बैठती हूं मैं अलार्म लगा के बैठ जाती हूं तो लाइक सानू अलार्म लगा के बैठना चाहिए कि नहीं ਬੇਟਾ ਜੋ ਮਰਜ਼ੀ ਕਰੋ ਮਗਰ ਜਦੋਂ ਭਜਨ ਸਿਮਰਨ ਚ ਬੈਠੇ ਹੋ ਨੇ ਉਹਨਾਂ ਨੂੰ ਧਿਆਨ ਲਗਾਓ ਬਸ ਅੱਜਕੱਲ ਜ਼ਿੰਮੇਵਾਰੀਆਂ ਐ ਨਹੀਂ ਹੈ ਵਕਤ ਦੇ ਅਨੁਸਾਰ ਚੱਲਣਾ ਪੈਂਦਾ ਹੈਗਾ ਸੋ ਇਸ ਕਰਕੇ ਠੀਕ ਹੈਗਾ ਮਗਰ ਜਦੋਂ ਭਜਨ ਸਿਮਰਨ ਚ ਬੈਠੇ ਹੋ ਉਹਨਾਂ ਨੂੰ ਧਿਆਨ ਕੜੀਵਾਲ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਧਿਆਨ ਅੰਤਰਮੁਖ ਰੱਖੋ ਹਾਂਜੀ ਬਾਬਾ ਜੀ ਧਿਆਨ ਬਿਕਾਜ਼ ਜਦੋਂ ਮੈਂ ਨਹੀਂ ਅਲਾਰਮ ਲਗਾਉਂਦੀ ਸੀ ਉਦੋਂ ਮੇਰਾ ਮੈਂ 1 ਘੰਟੇ ਬਾਅਦ ਉੱਠ ਜਾਂਦੀ ਸੀ 1.5 ਘੰਟੇ ਬਾਅਦ ਉੱਠ ਜਾਂਦੀ ਸੀਗੀ ਬਟ ਹੁਣ ਮੈਂ ਜਿੱਦਾਂ ਮੇਰਾ అలਾਰਮ ਹੁੰਦਾ 2 ਘੰਟੇ ਬਾਅਦ ਤੇ ਅੱਧਾ ਘੰਟਾ ਬਾਅਦ ਚ ਮੈਂ ਪੂਰਾ ਟਾਈਮ ਲਗਾ ਸਕਦੀ ਹਾਂ ਆਪਣਾ ਤੇ ਜੋ ਮਰਜ਼ੀ ਕਰੋ ਬਸ ਉਸ ਵਕਤ ਧਿਆਨ ਰੱਖੋ ਬਸ ਤੇ ਬਾਬਾ ਜੀ ਜਦੋਂ ਜਦੋਂ 1 ਘੰਟੇ ਬਾਅਦ ਜਾਂ 1.5 ਘੰਟੇ ਬਾਅਦ ਥੱਕ ਜਾਂਦੇ ਆ ਦੂਸਰੇ ਆਸਣ ਵਿੱਚ ਮੈਂ ਬੈਠ ਜਾਂਦੀ ਆ ਕੀ ਸਾਨੂੰ ਦੂਸਰੇ ਆਸਣ ਵਿੱਚ ਬੈਠਣਾ ਚਾਹੀਦਾ ਹੈ ਕਿ ਨਹੀਂ ਬੇਟਾ ਜਿੰਨਾ ਬੈਠ ਸਕਦੇ ਹੋ ਇੱਕ ਆਸਣ ਵਿੱਚ ਕੋਸ਼ਿਸ਼ ਕਰੋ ਨਹੀਂ ਤਾਂ ਜੇ ਆਪਾਂ ਬਾਰ-ਬਾਰ ਬਦਲਦੇ ਲਵਾਂਗੇ ਤਾਂ ਮਨ ਵੀ ਡੋਲ ਜਾਊਗਾ ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਕਾਸਨ ਚ ਬੈਠੀਏ ਮਗਰ ਜੇ ਪੀੜ ਜ਼ਿਆਦਾ ਹੈਗੀ ਹੈ ਤਾਂ ਫਿਰ ਬਤਨ ਠੀਕ ਹੈ ਬਾਬਾ ਜੀ ਬੱਚਿਆਂ ਹਸਬੰਡ ਹੈ ਉਹਨਾਂ ਤੇ ਦਇਆ ਮਿਹਰ ਬਣਾਈ ਰੱਖਣੀ ਸਾਰੀ ਸੰਗਤ ਨੂੰ ਬਾਬਾ ਜੀ ਨਾਮਧੰਨ ਦੀ ਬਖਸ਼ਿਸ਼ ਕਰਨੀ ਰਾਧਾ ਰਾਧਾ ਸੁਆਮੀ ਸਿਸਿੰਗ ਵਾਸ ਸੇ ਜੁੜੀ ਹਰ ਬੜੀ ਖਬਰ ਪਾਣੇ ਕੇ ਲਿਏ ਆਪੋ ਵੀ ਸਬਸਕ੍ਰਾਈਬ ਕਰੇ ਹਮਾਰੇ YouTube ਚੈਨਲ ਸੇ ਦੀਵੈਪ ਕੋ